ਸ਼੍ਰੀ ਸ਼੍ਰੀ ਆਨੰਦ ਮੂਰਤੀ ਜੀ ਦੇ ਜੀਵਨ ਦੇ ਉਪਲਕਸ਼ ਜਨਮ ਦਿਨ ਦੇ ਉਪਲਕਸ਼ ਵਿੱਚ ਨਵੇਂ ਸਾਲ ਦੇ ਉੱਤੇ ਅੱਜ ਇੱਥੇ ਸੰਧੂ ਚੌਂਕ ਵਿਖੇ ਲੰਗਰ ਲਗਾਇਆ ਗਿਆ ਔਰ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਸਾਰੇ ਹੀ ਪਰਿਵਾਰ ਨੇ ਅਸੀਂ ਰਲ ਕੇ ਅਤੇ ਲੰਗਰ ਲਾਇਆ ਸਾਰੇ ਹੀ ਜਿਹਦੇ ਆਨੰਦ ਮਾਰਗ ਵਾਲੇ ਜਿਹੜੇ ਪਰਿਵਾਰ ਇਹਨਾਂ ਦੇ ਨਾਲ ਰਲ ਕੇ ਔਰ ਬਹੁਤ ਵੱਡਾ ਸੰਗਤ ਦੇ ਵਿੱਚ ਉਤਸ਼ਾਹ ਆ ਔਰ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਮੈਂ ਇਹਨਾਂ ਸਾਰੇ ਆਨੰਦ ਮਾਰਗ ਵਾਲੇ ਜਿਹੜੇ ਸੰਸਥਾ ਦੇ ਪੈਰੋਕਾਰ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੱਥੇ ਤੱਕ ਮੈਂ ਇਹਨਾਂ ਦੇ ਨਾਲ ਬੜੇ ਸਮੇਂ ਤੋਂ ਪੁਰਾਣਾ ਜੁੜਿਆ ਹੋਇਆ ਮੈਂ ਦੇਖਿਆ ਵੀ ਇਹਨਾਂ ਦੇ ਕੋਲ ਬਿਲਕੁਲ ਸੰਧੂ ਚੌਂਕ ਦੇ ਨੇੜੇ ਨਿਊ ਕੁੰਦਨਪੁਰੀ 'ਚ ਇੱਕ ਸਕੂਲ ਹੈ ਜਿਹੜੇ ਫਰੀ ਪੜ੍ਹਾਈ ਵੀ ਕਰਾਉਂਦੇ ਨੇ ਔਰ ਫਰੀ ਮੈਡੀਸਨ ਵੀ ਦਿੰਦੇ ਨੇ ਔਰ ਇੱਦਾਂ ਦੇ ਸਮੇਂ ਸਮੇਂ ਸਿਰ ਕੈਂਪ ਲਗਾਉਂਦੇ ਰਹਿੰਦੇ ਨੇ ਮੈਂ ਤਾਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਾਂਗਾ ਵੀ ਇਹਨਾਂ ਨੂੰ ਇੱਦਾਂ ਦੇ ਕਾਰਜ ਕਰਨ ਦਾ ਸ਼ਕਤੀ ਦੇਣ ਸਭੀ ਦੇਸ਼ ਵਾਸੀਓ ਕੋ ਨਵ ਵਰਸ਼ ਕੀ ਸ਼ੁਭਕਾਮਨਾਏ ਹਮ ਲੋਕ ਆਨੰਦ ਮਾਰਗ ਪ੍ਰਚਾਰਕ ਸੰਘ ਸੇ ਹੈ ਔਰ ਇਹ ਇੱਕ ਐਸੀ ਸੰਸਥਾ ਹੈ ਜੋ ਸਾਰੇ ਮੁਲਕ ਨਹੀਂ ਬਲਕਿ ਇੰਟਰਨੈਸ਼ਨਲੀ ਗਰੀਬੋ ਕੀ ਸੇਵਾਏ ਕਰਤੀ ਹੈ ਮੈਡੀਕਲੀ ਫਿਜ਼ੀਕਲੀ ਐਂਡ ਐਜੂਕੇਸ਼ਨ ਹਰ ਤਰ੍ਹਾਂ ਕਾ ਮੁਹੱਈਆ ਸਰਵਿਸੇ ਮੁਹੱਈਆ ਕਰਾਤੀ ਹੈ ਔਰ ਇਸ ਸੇਵਾ ਕੋ ਅਗਰ ਨਾਮ ਦਿਆ ਹੈ ਉਹਨਾਂ ਨੇ ਨਾਰਾਇਣ ਸੇਵਾ ਸੋ ਇਸ ਨਾਰਾਇਣ ਸੇਵਾ ਕੇ ਉਪਲਕਸ਼ਣ ਮੇਂ ਹਮਨੇ ਆਪ ਯਹਾਂ ਲੰਗਰ ਲਗਾਇਆ ਹੈ ਬ੍ਰੈਡ ਟੋਸਟ ਔਰ ਚਾਏ ਸਰਦੀ ਕਾ ਮੌਸਮ ਹੈ ਲੋਗੋ ਕੋ ਇੰਜੋਏ ਕਰਨੇ ਦੋ।